ਸਾਰੇ ਮੇਰੇ ਸੁਪਨੇ ਚਾ ਕੇ ਮੇਰੇ ਸੋਫੇ ਤੇ ਬਹਿ ਕੇ ਮੇਰਾ ਹੀ ਗੁੜ ਖਾ ਕੇ ਮੈਨੂੰ ਮਿੱਠੀਆਂ ਗੋਲੀਆਂ ਦੇ ਕੇ ਚਲੇ ਗਏ। ਸਾਰੇ ਵੱਡੇ ਧੋਖੇਬਾਜ਼ ਆ, ਸਾਰੇ ਲਾਰੇ ਲੱਗ ਗਏ, ਕਿਸੇ ਨੇ ਮੇਰੀ ਇੱਕ ਗੱਲ ਵੀ ਨਹੀਂ ਸੁਣੀ। ਪਤਾ ਨਹੀਂ ਕਿਉਂ ਕਰਦੇ ਯਾਰ ਮੇਰੇ ਨਾਲ ਇੱਦਾਂ, ਮੈਂ ਕਿਸੇ ਦਾ ਕੁਛ ਵਿਗਾੜਿਆ ਪਤਾ ਨਹੀਂ। ਹੈਲੋ ਸ਼ੰਕਰ ਜੀ, ਮੈਂ ਨਹੀਂ ਗੱਲ ਕਰਨੀ, ਨਹੀਂ ਮੈਨੂੰ ਦੱਸੋ ਨਾ ਕੀ ਹੋਇਆ। ਤੁਸੀਂ ਜੀ ਇਹ ਤੁਸੀਂ ਤੁਸੀਂ ਉਹੀ ਨਹੀਂ ਜੋ ਕਿਸਮਤ ਬਦਲਦੇ ਆ, ਕਹਿ ਸਕਦੇ ਹੋ? ਹਾਂਜੀ ਯਾਰ, ਕਿਸਮਤ ਬਦਲ ਦਿਓ ਮੇਰੀ ਪਲੀਜ਼, ਮੈਂ ਬਹੁਤ ਦੁਖੀ ਹਾਂ ਸਾਰਿਆਂ ਤੋਂ। ਸਾਰੇ ਮੈਨੂੰ ਧੋਖੇਬਾਜ਼ ਸਾਰੇ ਹੈਗੇ ਆ, ਸਾਰੇ ਲਾਰੇ ਲਾ ਕੇ ਜਾਂਦੇ ਆ। ਕੀ ਲਾਰੇ ਲਾ ਕੇ ਜਾਂਦੇ ਆ? ਕਿ ਤੁਹਾਨੂੰ ਹੀਰੋਇਨ ਬਣਾਉਣਗੇ? ਹਾਂ। ਕਿੰਨੇ ਲਾਰੇ ਲਾਏ ਹੁਣ ਤੱਕ? 50 ਜਣੇ ਆ ਗਏ ਹੁਣੇ, 50 ਤੋਂ ਵੱਧ ਜਣੇ। ਐਮੀ ਨੇ ਲਾਏ? ਹਾਂ, ਦੋ ਵਾਰ। ਅਮਰਿੰਦਰ ਨੇ ਲਾਏ? ਉਹਨਾਂ ਨੇ ਨਹੀਂ। ਮੈਂ ਦੋਵਾਂ ਨੂੰ ਫੋਨ ਕਰਕੇ ਪੁੱਛਾਂਗੀ ਕਿ ਮੇਰੇ ਹੁੰਦਿਆਂ ਹੋਇਆ ਤੁਹਾਨੂੰ ਕਿੱਦਾਂ ਹੀਰੋਇਨ ਲੈਣਗੇ। ਯਾਰ ਆ ਦੇਖਿਆ, ਮੈਂ ਲਾਰੇ ਨਹੀਂ ਲਾ ਰਹੀ, ਮੈਂ ਤਾਂ ਕਹਿ ਰਹੀ ਹਾਂ ਕੁੜੀ ਕੁੜੀ ਦੀ ਦੁਸ਼ਮਣ ਹੁੰਦੀ ਆ। ਮੈਂ ਤਾਂ ਕਦੇ ਕਿਹਾ ਹੀ ਨਹੀਂ ਕਿ ਕੁੜੀਆਂ ਚਾਹੁੰਦੀਆਂ ਕਿ ਤੁਸੀਂ ਹੀਰੋਇਨ ਬਣੋ। ਤੁਸੀਂ ਇੰਨੇ ਸੋਹਣੇ ਹੋ, ਤੁਹਾਡੇ ਵਾਲ ਇੰਨੇ ਸੋਹਣੇ ਨੇ, ਤੁਹਾਡੀਆਂ ਅੱਖਾਂ, ਤੁਸੀਂ ਐਕਟਿੰਗ ਇੰਨੀ ਚੰਗੀ ਕਰਦੇ ਹੋ, ਜੇ ਤੁਸੀਂ ਫਿਲਮਾਂ 'ਚ ਆ ਗਏ ਫਿਰ ਅਸੀਂ ਕੀ ਕਰਾਂਗੇ? ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਬਹੁਤ ਜ਼ਿਆਦਾ। ਪਤਾ ਕਿੰਨਾ ਕਿੰਨੇ ਵਾਰੀ ਸੁੱਤੀ ਪਰ ਤੁਸੀਂ ਮੇਰੇ ਸੁਪਨੇ 'ਚ ਨਹੀਂ ਆਏ। ਮੈਂ ਬਹੁਤ ਬਿਜ਼ੀ ਸੀ ਐਕਚੁਲੀ, ਤੁਸੀਂ ਹਜੇ ਫਿਲਮਾਂ ਨਹੀਂ ਕੀਤੀਆਂ ਨਾ, ਇਸ ਕਰਕੇ ਮੈਂ ਬਿਜ਼ੀ ਸੀ। ਹੁਣ ਤੁਸੀਂ ਫਿਲਮਾਂ ਕਰ ਲਓਗੇ ਫਿਰ ਮੈਂ ਬਿਜ਼ੀ ਨਹੀਂ ਹੋਣਾ, ਫਿਰ ਮੈਂ ਸੁਪਨੇ ਦੇਖੂੰਗੀ ਤਾਂ ਤੁਸੀਂ ਆਓਗੇ। ਸੋ ਫਾਈਨਲੀ ਅੱਜ ਮੇਰੇ ਸੁਪਨੇ 'ਚ ਆਏ ਨਹੀਂ ਜੀ, ਸੋਹਣੀ ਸੁਨੱਖੀ ਸਰਗੁਣ ਮਹਿਤਾ। ਦੇਖੋ ਕਿੰਨੀ ਸੋਹਣੀ ਤਾਰੀਫ ਕੀਤੀ ਹੈ ਮੈਂ ਤੁਹਾਡੀ। ਥੈਂਕ ਯੂ। ਅੱਛਾ ਸਰਗੁਣ, ਹੁਣ ਮੈਨੂੰ ਇੱਕ ਗੱਲ ਦੱਸੋ। ਹਾਂਜੀ। ਗੱਲਾਂ 'ਚੋਂ ਗੱਲ ਆ, ਤੁਸੀਂ ਇੰਨੀਆਂ ਫਿਲਮਾਂ ਕਰ ਚੁੱਕੇ ਹੋ ਪੰਜਾਬੀ, ਹੈ ਨਾ, ਇੰਨੀ ਅੜਬ ਜੀ ਔਰਤ ਵਾਲਾ ਰੋਲ ਕਿਉਂ ਨਿਭਾਉਂਦੇ ਹੋ ਤੁਸੀਂ ਫਿਲਮਾਂ ਦੇ ਵਿੱਚ? ਮਤਲਬ ਸਾਰੇ ਮੁੰਡਿਆਂ ਨੂੰ ਕਿਉਂ ਸੁਧਾਰਨ ਤੇ ਡੰਡਾ ਲੈ ਕੇ ਪਿੱਛੇ ਪਏ ਹੋ, ਕਿਉਂ ਸੁਧਾਰਦੇ ਉਹਨਾਂ ਨੂੰ ਇੰਨਾ? ਕਿਸੇ ਨੂੰ ਤਾਂ ਇਹ ਕੰਮ ਕਰਨਾ ਹੀ ਹੈ ਨਾ। ਹਾਂ ਕਰਨਾ, ਕੋਈ ਵੀ ਨਹੀਂ ਕਰੂਗਾ ਤਾਂ ਫਿਰ ਕਿੱਦਾਂ ਚੱਲੂਗਾ? ਮੈਨੂੰ ਇੰਨੇ ਲੜਕਿਆਂ ਦਾ ਮੈਸੇਜ ਆਉਂਦਾ ਹੈ ਕਿ ਮੇਰਾ ਬੁਆਏਫ੍ਰੈਂਡ ਮੈਨੂੰ ਫੋਨ ਨਹੀਂ ਕਰਦਾ, ਮੇਰਾ ਹਸਬੈਂਡ ਆ ਨਹੀਂ ਕਰਦਾ, ਮੈਨੂੰ ਕੋਈ ਪਿਆਰ ਨਹੀਂ ਦੇਖਦਾ। ਮੈਂ ਤਾਂ ਕਹਿ ਦਿੰਦੀ ਹਾਂ ਛੱਡ ਦਿਓ। ਹਾਏ ਵਿਚਾਰੀਆਂ ਕੁੜੀਆਂ ਜਿਹੜੀਆਂ ਸੱਚੀ ਜਦੂਖੀ ਨੇ ਯਾਰ, ਜਿਹੜਾ ਸੱਚਾ ਪਿਆਰ ਕਰਦੀਆਂ ਨੇ, ਚਾਹੇ ਉਹ ਬੁਆਏਫ੍ਰੈਂਡ ਹੈ ਚਾਹੇ ਹਸਬੈਂਡ। ਤਾਂ ਹੀ ਕਰਕੇ ਮੈਂ ਫਿਲਮਾਂ ਕਰਦੀ ਹਾਂ ਜਿਹਦੇ 'ਚ ਕੁੜੀ ਮੁੰਡੇ ਨੂੰ ਸੁਧਾਰ ਰਹੀ ਹੈ। ਅੱਛਾ। ਤੇ ਉਹ ਦੇਖ ਕਰ ਇੰਸਪਾਇਰ ਹੋਣਗੀਆਂ ਤੇ ਅੱਗੇ ਜਾ ਕੇ ਆਪਣੇ ਮੁੰਡਿਆਂ ਨੂੰ, ਆਪਣੇ ਹਸਬੈਂਡਸ ਨੂੰ, ਬੁਆਏਫ੍ਰੈਂਡਸ ਨੂੰ ਸੁਧਾਰ ਸਕਦੀਆਂ। ਅੱਛਾ, ਤੁਸੀਂ ਇਹ ਟਿਪਸ ਦੇ ਰਹੇ ਹੋ? ਹਾਂਜੀ। ਚਲੋ ਠੀਕ ਆ। ਕੀ ਹੋ ਰਿਹਾ? ਡਰਾਈ ਦਿੱਤਾ, ਡਰਾਈ ਕਰਤਾ ਮੇਰਾ ਕਰ। ਯਾ ਗੱਲਾਂ ਕੀ ਹੋ ਰਹੀਆਂ? ਕੀ ਤਰ੍ਹਾਂ ਮੁੰਡਿਆਂ ਨੂੰ ਸੁਧਾਰਨ ਦੀਆਂ ਗੱਲਾਂ ਹੋ ਰਹੀਆਂ? ਸੁਧਾਰਨ ਦੀਆਂ ਗੱਲਾਂ, ਸਾਰਿਆਂ ਨੂੰ ਸੁਧਾਰਦੇ, ਤੁਸੀਂ ਬੈਠੋ ਪਹਿਲਾਂ। ਹਾਏ, ਅੱਜ ਤਾਂ ਐਮੀ ਦੀ ਮੈਚਿੰਗ ਹੋ ਗਈ, ਮੇਰੇ ਸੋਫੇ ਤੇ ਵੀ ਫੁੱਲ, ਸ਼ਰਟ ਤੇ ਵੀ ਫੁੱਲ। ਹਾਏ ਹਾਏ, ਤੇ ਜੋੜੀ ਤੇ ਤੁਹਾਡੀ ਹੈ ਹੀ ਸੋਹਣੀ ਹੈ। ਸੜਦੀ ਰਹੀ ਤੂੰ, ਖੁਸ਼ ਹੋ ਰਹੀ ਆ। ਆ ਗਏ ਨਾ ਤੁਸੀਂ, ਕਹਿ ਰਹੇ ਸੀ ਐਮੀ ਨੇ ਪ੍ਰੋਮਿਸ, ਕਿੰਨੇ ਪ੍ਰੋਮਿਸ ਕੀਤੇ ਤੁਸੀਂ? ਮੈਨੂੰ ਪ੍ਰੋਮਿਸ ਕੀਤਾ ਕਿ ਤੁਹਾਨੂੰ ਹੀਰੋਇਨ ਲਏਗਾ, ਇਸ ਵਾਰ ਫਿਰ ਕਰਕੇ ਜਾਊਂਗਾ। ਦੇਖਿਆ ਕਿਹਾ ਸੀ ਨਾ, ਪੱਕਾ ਤੋੜ ਦੀਆਂ ਮੈਂ ਕਰਨਾ ਹੀ ਤਾਂ। ਸੋ ਫਾਈਨਲੀ ਅੱਜ ਮੇਰੇ ਸੁਪਨੇ 'ਚ ਆਏ ਨੇ ਜੀ ਐਮੀ ਵਿਰਕ, ਸਰਗੁਣ ਨੇ ਤਾਂ ਤੁਸੀਂ ਮੇਰੇ ਲਈ ਲਿਆ। ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਪਿਆਰ ਕਰਨਾ ਸੀਗਾ। ਥੈਂਕ ਯੂ ਸੋ ਮਚ। ਲਾਰੇ ਲਾਉਣ ਆਏ ਨੇ ਐਮੀ ਵਿਰਕ ਜੀ? ਨਾ 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 ਨਾ, ਅਜੇ ਤਾਂ ਤੁਸੀਂ ਕਦ ਲੈ ਲੈਣਾ ਆਪਾਂ ਫਿਲਮ 'ਚ ਕਿਸੇ ਨੇ ਕਿਸੇ ਪੱਕਾ ਲੈਣਾ। ਤੁਸੀਂ ਐਂ ਜਿਹਾ ਮੂੰਹ ਬਣਾ ਕੇ ਕਹਿੰਦੇ, ਮੈਨੂੰ ਤਾਂ ਲੱਗਦਾ ਫਿਰ ਨਹੀਂ ਬਣ ਲੈਣਾ ਤੁਸੀਂ। ਨਹੀਂ, ਸੱਚੀ ਲੈ ਲੈਣਾ ਫਿਲਮ ਦੇ ਵਿੱਚ, ਦੇ ਦਾਂਗੇ ਕੰਮ ਕੋਈ, ਦੇ ਦਾਂਗੇ ਕੰਮ ਕੋਈ। ਲਾਜਵਾਬ ਸੀ ਫਿਲਮ ਦੇ ਵਿੱਚ ਵੀ, ਜੋ ਹੁਣ ਤੱਕ ਅਸੀਂ ਗਾਣੇ 'ਚ ਦੇਖਿਆ ਲਾਜਵਾਬ ਸੀ। ਹੁਣ ਤੁਹਾਡੀ ਬੇਸਿਕ ਮਿਸਟਰੀ ਦੇਖਦੇ ਹਾਂ ਕਿ ਦੋਨਾਂ ਦੀ ਮੈਚ ਹੈਗੀ ਆ ਕਿ ਨਹੀਂ। ਠੀਕ ਹੈ, ਸਰਗੁਣ ਦਾ ਬਰਥਡੇ ਕਦੋਂ ਹੁੰਦਾ? ਪਿਛਲੇ ਹਫਤੇ ਮਿਲੇ ਸੀ ਨਾ, ਅਸੀਂ ਉਦੋਂ ਪਾਰਟੀ ਪਲਾਨ ਕਰ ਰਹੇ ਸੀ, ਦੈਟਸ ਵਾਈ ਮੇਰੇ ਜਿੱਤੇ ਆ ਗਿਆ। ਪਿਛਲੇ ਹਫਤੇ ਪਤਾ ਲੱਗਿਆ ਮੈਨੂੰ। ਕੀ ਬਾਤ ਹੈ, ਆ ਗਿਆ ਯਾਰ ਐਮੀ ਦਾ ਮੈਸੇਜ। ਨਹੀਂ ਯਾਦ ਹੋਣਾ ਜੀ, ਕਰ ਲੈ ਕੁਛ। 23rd ਕੁਛ ਨੂੰ ਹੁੰਦਾ, ਇਹਨੂੰ ਮੈਂ ਦੱਸਾਂ ਵੀ ਮੇਰਾ ਬਰਥਡੇ ਜੇ 11 ਮਈ ਨੂੰ ਹੁੰਦਾ, ਇਹਨੂੰ ਤਾਂ ਵੀ ਨਹੀਂ ਪਤਾ ਲੱਗਣਾ। ਤੇਰਾ ਤੇ ਅਮਰਿੰਦਰ ਗਿੱਲ ਨੂੰ ਇਕੱਠੇ ਹੁੰਦਾ ਨਾ 11 ਮਈ। ਨਹੀਂ, ਮੈਨੂੰ ਉਹਨਾਂ ਦਾ ਵੀ ਨਹੀਂ ਯਾਦ, ਮੈਨੂੰ ਆਪ ਪਤਾ ਹੈ ਕਿ ਦੋਨਾਂ ਅਮਰਿੰਦਰ ਦਾ ਸੇਮ ਹੁੰਦਾ, ਮੈਨੂੰ ਪਤਾ ਸੀ। ਰੌਕ ਦਾ ਵੀ ਉਦੋਂ ਹੀ ਹੁੰਦਾ। ਕੌਣ ਰੌਕ? ਵਾਟ ਦਾ ਰੌਕ ਇਸ ਕੁਕਿੰਗ ਰੌਕ? ਡਵੇਨ ਜਾਨਸਨ, ਉਹਦਾ ਵੀ ਮਤਲਬ ਸਾਡੇ ਵਾਲਾ ਹੀ ਉਹ ਹੈ, ਉਹ ਨਹੀਂ ਹੁੰਦੀ ਰਾਸ਼ੀ, ਮੇਖ ਮੇਖ ਰਾਸ਼ੀ ਹੁੰਦੀ ਹੈ।
ਪੰਜਾਬੀ ਚ ਅੰਗਰੇਜ਼ੀ ਚ ਟੌਰਸ ਨਹੀਂ ਏਰੀਜ਼ ਹੁੰਦੀ ਆ ਮੇਸ਼ ਕਿਹੜੀ ਮੇਸ਼ ਇਹਨੂੰ ਆਪਣੀ ਨਹੀਂ ਪਤਾ ਪੰਜਾਬੀ ਜੱਟ ਹੁੰਦੀ ਆ ਤੇ ਅੰਗਰੇਜ਼ੀ ਜੱਟ ਹੁੰਦੀ ਆ ਮੇਕ ਪੰਜਾਬੀ ਚ ਹੁੰਦੀ ਆ ਹਿੰਦੀ ਚ ਮੇਸ਼ ਹੁੰਦੀ ਆ ਅੰਗਰੇਜ਼ੀ ਦੇ ਵਿੱਚ ਏਰੀਜ਼ ਨੂੰ ਬੋਲਦੇ ਉਹ ਸਾਡੇ ਅੰਗਰੇਜ਼ੀ ਦੇ ਹਿਸਾਬ ਨਾਲ ਸਾਡੀ ਟੌਰਸ ਆਉਂਦੀ ਆ ਪੰਜਾਬੀ ਚ ਆੜਾ ਅੱਗੇ ਆਉਂਦਾ ਮੂਰਲੀ ਚ ਉਹਦੇ ਚ ਮੇਕ ਹੁੰਦੀ ਆ ਸਾਡੀ ਵੈਸੇ ਇੰਗਲਿਸ਼ ਮੈਂ ਵਰਗੋ ਪੰਜਾਬੀ ਮੈਂ ਸਕੋਰਪੀਓ ਔਰ ਹਿੰਦੀ ਮੈਂ ਲਿਬਰਾ ਜੇ ਤੂੰ ਸਕੋਰਪੀਓ ਮੈਂ ਫਾਰਚੂਨਰ ਚਲੋ ਐਮੀ ਦਾ ਫੇਵਰਿਟ ਫੂਡ ਰਾਜਮਾ ਚਾਵਲ ਹੈ ਮੈਂ ਇੱਥੇ ਪੰਜਾਬ ਚ ਜਦੋਂ ਚੰਡੀਗੜ੍ਹ ਸ਼ੂਟ ਕਰਦੇ ਹੁੰਦੇ ਆ ਉਦੋਂ ਤੁਸੀਂ ਸਿਟੀ ਵਾਈਜ਼ ਨਹੀਂ ਪੁੱਛਿਆ ਸੀ ਨਹੀਂ ਸਿਟੀ ਵਾਈਜ਼ ਨਹੀਂ ਓਬਵੀਅਸਲੀ ਕਿਉਂਕਿ ਇੱਥੇ ਟਾਈਮ ਜ਼ਿਆਦਾ ਸਪੈਂਡ ਅਸੀਂ ਇੱਥੇ ਕੀਤਾ ਚੰਡੀਗੜ੍ਹ ਦੇ ਨੇੜੇ ਸ਼ੂਟ
ਝੂਠ ਆ ਮੈਂ ਝੂਠ ਬੋਲਿਆ ਚਿਕਨ ਸੀ ਕਬਾਬ ਸਲਾਮੀ ਤੇ ਬਟਰ ਚਿਕਨ ਰਹਿੰਦਾ ਨਹੀਂ ਮੈਂ ਨਹੀਂ ਮੰਨੀ ਚਲੋ ਠੀਕ ਹੈ ਬਸ ਇੰਨਾ ਕਿਉਂ ਦੇਖਣਾ ਸੀ ਮੈਨੂੰ ਵੈਸੇ ਵੀ ਪਤਾ ਲੱਗ ਗਿਆ ਤੁਹਾਡੇ ਲੜਨ ਤੋਂ ਜਾਂ ਤੁਹਾਡਾ ਕੀ ਹੈਗੇ ਤੁਹਾਡੀ ਕੈਮਿਸਟਰੀ ਕਿੰਨੀ ਕੁ ਮੈਚ ਓਕੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਪੁੱਛਣੀਆਂ ਨੇ ਬੁਝਾਰਤਾਂ ਕੀ ਬੁਝਾਰਤਾਂ ਪੁੱਛਣੀਆਂ ਨੇ ਪਹਿਲੀਆਂ ਤੂੰ ਤਾਂ ਭੁੱਲ ਜਾ ਮੈਨੂੰ ਨਹੀਂ ਆਉਣੀਆਂ ਤੈਨੂੰ ਤਾਂ ਪੱਕਾ ਹੀ ਨਹੀਂ ਆਉਣੀਆਂ ਚਲੋ ਚਲੋ ਪਹਿਲਾਂ ਇਹਦਾ ਹਾਂ ਇੱਕ ਲੈਵਲ ਬਹੁਤ ਘੈਂਟ ਆ ਬਾਈ ਹਾਂ ਇਹ ਜਿੱਤ ਸਕਦੀ ਹੈ ਜਿੱਤ ਸਕਦੀ ਹੈ ਚਲੋ ਪਹਿਲਾਂ ਸਰਗੁਣ ਤੋਂ ਸ਼ੁਰੂ ਓਕੇ ਚਲੋ ਉਸ ਪੰਛੀ ਦਾ ਨਾਮ ਦੱਸੋ ਜਿਹਦਾ ਮਤਲਬ ਅੰਗਰੇਜ਼ੀ ਦੇ ਵਿੱਚ ਜ਼ਿਆਦਾ ਹੁੰਦਾ ਅੱਛਾ 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 ਬਹੁਤ ਸੌਖਾ ਹੈ ਬਹੁਤ ਸੌਖਾ ਹੈ ਮੋਰ ਪਰ ਮੈਨੂੰ ਨਹੀਂ ਪਤਾ ਤੈਨੂੰ ਆ ਨਹੀਂ ਪਤਾ ਤੈਨੂੰ ਸੱਚੀ ਨਹੀਂ ਪਤਾ ਲੱਗਿਆ ਨਹੀਂ ਮੈਂ ਇਹਨਾਂ ਦਿਮਾਗ ਨਹੀਂ ਲਾਇਆ ਜੇ ਮੈਂ ਕਿਤੇ ਲਾਉਣ ਲੱਗਿਆ ਮੈਂ ਤਾਂ ਅੱਡ ਗੱਲ ਕਰ ਰਿਹਾ ਸੀ ਮੈਂ ਤਾਂ ਕਹਿ ਰਿਹਾ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਜਵਾਬ ਹੀ ਦਿੱਤਾ ਚਲੋ ਹਾਂ ਪਰ ਤੂੰ ਜਵਾਬ ਨਾ ਦਿੰਦੀ ਮੈਂ ਕਹਿ ਰਹੀ ਹਾਂ ਇਹਨੇ ਨਹੀਂ ਕਰਨਾ ਕੀ ਬਾਤ ਸਹੀ ਹੈ ਵੈਸੇ ਸੌਖੀ ਸੀਗੀ ਹਾਂ ਸੌਖੀ ਸੀ ਦੂਸਰੀ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਆ ਪਰ ਆਪਣੀ ਜਗ੍ਹਾ ਤੋਂ ਕਦੇ ਹਿਲਦੀ ਨਹੀਂ ਪਰ ਕਦੇ ਵੀ ਉਹ ਹਿਲਦੀ ਨਹੀਂ ਸੜਕ ਠੀਕ ਹੈ ਨਾ ਮੇਰੇ ਪਤਾ ਕੀ ਅੱਜ ਮਨ ਚ ਸੱਪ ਬਣਾਉਣ ਡੀ ਸੱਪ ਸੱਪ ਤੇ ਰਿੜਦਾ ਜਾਂਦਾ ਹੁੰਦਾ ਤੁਸੀਂ ਜਿਹੜੇ ਪੁੱਟੇ ਪੁੱਟੇ ਸੱਪ ਸੁੱਪ ਬਣਾ ਗਏ ਨਾ ਸ਼ੌਂਕਣ ਬਣਾ ਗਏ ਆ ਇਹ ਹੁਣ ਫਿਲਮ ਚ ਲੈਣਾ ਆਇਆ ਤਾਂ ਮਤਲਬ ਇਹ ਨਹੀਂ ਹੈਗਾ ਆ ਕੀ ਗਿਫਟ ਹੈ ਹੁਣ ਤੁਸੀਂ ਭਾਵੇਂ ਮੇਰੇ ਸੁਪਨੇ ਜਿੰਨੀ ਵਾਰ ਮਰਜ਼ੀ ਆਓ ਸ਼ੌਂਕਣ ਤਾਂ ਆਪਣਾ ਫਰਜ਼ ਨਿਭਾਏਗੀ ਨਾ ਸਗਨ ਪਾਇਆ ਥੈਂਕ ਯੂ ਗੁੱਡ ਹੁਣ ਅਸੀਂ ਆਪਣੀ ਖੇਡਾਂਗੇ ਪਿਟਾਰਾ ਵਾਲੀ ਗੇਮ ਓਕੇ ਸਵਾਰ ਕਿਉਂ ਕਰਦੇ ਇਹਦੇ ਵਿੱਚ ਅਸੀਂ ਕੁਝ ਚੀਜ਼ਾਂ ਪਾਈਆਂ ਨੇ ਠੀਕ ਹੈ ਉਹ ਤੁਸੀਂ ਅੱਖਾਂ ਬੰਦ ਕਰਕੇ ਕੋਈ ਵੀ ਚੀਜ਼ ਕੱਢੋਗੇ ਉਹ ਚੀਜ਼ ਨੂੰ ਦੇਖ ਕੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਚੀਜ਼ ਆ ਰਹੀ ਹੈ ਕੁਛ ਫਨੀ ਯਾਦ ਆ ਰਹੀ ਹੈ ਬਚਪਨ ਦੀ ਤਾਜ਼ੀ ਮਿੱਠੀ ਖੱਟੀ ਕੋਈ ਵੀ ਓਕੇ ਇਹਨਾਂ ਨੂੰ ਪਤਾ ਠੀਕ ਹੈ ਠੀਕ ਪਹਿਲਾਂ ਸਰਗੁਣ ਤੋਂ ਕਰਾਉਣੀ ਤੁਸੀਂ ਵੀ ਅੱਖਾਂ ਬੰਦ ਕਰੋ ਹਾਂਜੀ ਚਲੋ ਖੋਲ ਹਾਂਜੀ ਕੋਈ ਰਿਐਕਸ਼ਨ ਤਾਂ ਦਿਓ ਮੇਰਾ ਰੰਗ ਥੋੜਾ ਪੱਕਾ ਸੀ ਉਹ ਵੀ ਪਹਿਲਾਂ ਇੱਧਰ ਦੇਖ ਰਿਹਾ ਫਿਰ ਤੁਹਾਡੇ ਵੱਲ ਦੇਖ ਰਿਹਾ ਕਿਉਂਕਿ ਸਰਗੁਣ ਚਲੋ ਇਹ ਕੁੱਤਿਆਂ ਦੀ ਬਹੁਤ ਸ਼ਕੀਨ ਆ ਨਹੀਂ ਮੈਂ ਤੁਹਾਨੂੰ ਦੱਸਦੀ ਜਦੋਂ ਮੈਂ ਨਹੀਂ ਗੁੱਡਾ ਗੁੱਡੀ ਦਾ ਤਾਂ ਮੇਰੇ ਕੋਲ ਕੋਈ ਸਟੋਰੀ ਨਹੀਂ ਪਰ ਇੱਕ ਵਾਰੀ ਇਹੋ ਜਿਹਾ ਇੱਕ ਮੁੰਡਾ ਸੀ ਉਹਦੇ ਨਾਲ ਮੇਰੀ ਬਹੁਤ ਲੜਾਈ ਹੋ ਗਈ ਸੀ ਅਸੀਂ ਕਿਸੇ ਕੈਂਪ ਤੇ ਗਏ ਸੀ ਤੇ ਉਹ ਮੈਨੂੰ ਮੇਰੇ ਬ੍ਰਦਰ ਨੂੰ ਬਹੁਤ ਬੁਲੀ ਕਰ ਰਿਹਾ ਸੀ ਤੇ ਬਾਰ ਬਾਰ ਕਹਿ ਰਿਹਾ ਸੀ ਕਹਿੰਦਾ ਤੇਰੀ ਭੈਣ ਦਾ ਨਾਂ ਸਰਗੁਣੀ ਦੁਰਗੁਣਾ ਸਰਗੁਣੀ ਦੁਰਗੁਣਾ ਤੇ ਅਸੀਂ ਸੀਤਲਾ ਖੇਤ 'ਚ ਸੀ ਤੇ ਮੈਨੂੰ ਬਾਹਰ ਬੁਲਾਇਆ ਤੇ ਮੈਨੂੰ ਬਹੁਤ ਕੁੱਟਿਆ ਉਹਦੀਆਂ ਚੱਪਲਾਂ ਕੱਢੀਆਂ ਤੇ ਮੈਂ ਸਿੱਟਤੀ ਨਿਆਣੇ ਚ ਤੁਸੀਂ ਵੀ ਕਮਲ ਨਾਲ ਤਾਂ ਕੀ ਸਟੋਰੀ ਹੋਣੀ ਇਹ ਮੇਰੇ ਪਹਿਲੀ ਵਾਰੀ ਵੀ ਆਇਆ
ਕੋਈ ਸਟੋਰੀ ਸੀ ਹੈਗੀ ਸੀ ਜਿਹੜਾ ਕਿਸਮਤ ਦਾ ਗਾਣਾ ਸੀਗਾ ਨਾ ਉਹਨੂੰ ਥੋੜਾ ਜਿਹਾ ਇਸ ਵੇਜ ਵਿੱਚ ਗਾ ਦਿਓ ਇੱਕ ਲਾਈਨ ਇਸ ਵੇਜ ਇਹ ਵਿੱਚ ਵਜਾਣਾ ਮੈਂ ਗਾਉਣਾ ਛੱਡ ਦੇਣਾ ਜੀ ਮੈਂ ਪਿੰਡ ਦੇ ਨਹੀਂ ਆ ਕਿਹੜਾ ਵੇ ਹੁੰਦਾ ਮੈਂ ਉਹ ਚ ਸੁਣਾ ਦਿੰਦਾ ਤੁਸੀਂ ਚੱਲ ਇੱਕ ਲਾਈਨ ਨਾ ਤੁਸੀਂ ਵੀ ਗਾ ਚੱਲ ਉਹ ਨਾਲ ਇਦਾਂ ਕਰਦੇ ਚਲੋ ਦੱਬੀ ਨਾ ਚੌੜ ਨਾ ਕਰੇ ਮੈਂ ਸੀਰੀਅਸ ਹੋ ਕੇ ਗਾਣਾ ਗਾਉਣਾ ਮੈਂ ਸੈਡ ਸੌਂਗ ਗਾਉਣਾ ਯਾਰ ਅਸੀਂ ਥੋੜਾ ਫਨ ਕਰਨਾ ਹੈ ਜਸਟ ਚਿਲ ਫਿਰ ਮੈਂ ਮੈਂ ਸਕੇਲ ਚੱਕ ਕੇ ਗਾਉਣਾ ਮੈਂ ਅੱਛਾ ਹੋ ਰਾਤੀ ਸੁਪਨੇ ਦੇ ਵਿੱਚ ਤੰਗ ਕਰਦਾ ਜਾਨੀ ਤੇਰੀਆਂ ਸਹੇਲੀਆਂ ਨੂੰ ਜੇ ਤੈਨੂੰ ਦਾਰੂ ਨਹੀਂ ਪਸੰਦ ਯੱਟ ਦੀ ਯੱਟ ਨੂੰ ਪਸੰਦ ਨਹੀਂ ਹੋ ਤੂੰ ਜੇ ਤੈਨੂੰ ਦਾਰੂ ਨਹੀਂ ਪਸੰਦ ਯੱਟ ਦੀ ਹੋ ਯੱਟ ਨੂੰ ਪਸੰਦ ਨਹੀਂ ਹੋ ਤੂੰ ਮਿਹਰਬਾਨੀ ਤੁਸੀਂ ਕੀਤਾ ਹੀ ਅੱਛਾ ਆਪਣੀ ਫਿਲਮ ਨਾਲ ਐਪਰੀਸ਼ੀਏਟ ਕਰਤਾ ਚਲੋ ਮੈਂ ਕੱਢਣਾ ਹਾਂਜੀ ਚਲੋ ਇਹਦੇ ਬਾਰੇ ਕੋਈ ਟੈਨਸ਼ਨ ਨਹੀਂ ਮੈਨੂੰ ਪਤਾ ਇੰਨੇ ਨਹੀਂ ਆਏ ਆਏ ਮੂੰਹ ਨਾਲ ਦੇਖੋ ਫੁੱਲ ਪਾਵਰ ਅਸੀਂ ਨਾ ਪਿਛਲੇ ਵੀਕ ਸੀਗੇ ਆਪਣਾ ਬੰਬੇ ਸੀਗੇ ਚਲੋ ਕਿੰਨੀ ਵਾਰੀ ਮਿਲਿਆ ਮੈਂ ਮੂੰਹ ਦੇਖੋ ਪਹਿਲਾਂ ਬਲਸ਼ ਨਹੀਂ ਨਹੀਂ ਜਨਰਲੀ ਕੈਂਟ ਬੰਦਾ ਮੈਂ ਸਰਵਿਸ ਦੀ ਗੱਲ ਨਹੀਂ ਕਰ ਰਿਹਾ ਪਸੰਦ ਦੀ ਗੱਲ ਨਹੀਂ ਫੋਟੋ ਦੂਬੇ ਸਾਹਿਬ ਦੀ ਆਈ ਫਿਰ ਮੈਂ ਦੂਬੇ ਸਾਹਿਬ ਦੀ ਗੱਲ ਕਰੂੰਗਾ ਹਾਂ ਹਾਂ ਮੈਂ ਉਹ ਗੱਲ ਕਰ ਰਿਹਾ ਤੇ ਭਾਜੀ ਦਾ ਮਤਲਬ ਇੱਕ ਹੈਸ਼ਟੈਗ ਟਾਈਪ ਵੀ ਆ ਫੁੱਲ ਪਾਵਰ ਹਾਂ ਕੋਈ ਵੀ ਗੱਲ ਕਰ ਦੇਣ ਲਈ ਫੁੱਲ ਪਾਵਰ ਇੰਨੀ એનર્ਜੀ ਆ ਤੁਸੀਂ ਦੱਸੋ ਮੈਂ ਵੀ ਦੱਸਣਾ ਬਿਲਕੁਲ ਦੂਬੇ ਸਾਹਿਬ ਦੀਆਂ ਤੁਹਾਨੂੰ ਜਿਹੜੀਆਂ ਦੋ ਚੰਗੀਆਂ ਆਦਤਾਂ ਉਹਨਾਂ ਦੇ ਵੀ ਤੇ ਕੋਈ ਇੱਕ ਮਾੜੀ ਆਦਤ ਜਿਹੜੀ ਤੁਸੀਂ ਕਵੇਂਗੇ ਯਾਰ ਰਵੀ ਛੱਡ ਦੇ ਪਲੀਜ਼ ਚੰਗੀ ਆਦਤ ਦਾ ਦੇਖੋ ਪਹਿਲੀ ਚੰਗੀ ਆਦਤ ਕਿ ਉਹ ਮੈਨੂੰ ਬਹੁਤ ਅਪਰੀਸ਼ੀਏਟ ਕਰਦਾ ਅੱਛਾ ਸੱਚੀ ਚੰਗੀ ਆਦਤ ਮੈਂ ਇਸ ਕਰਕੇ ਦੱਸ ਰਹੀ ਤੁਸੀਂ ਪੁੱਛਦੇ ਸੀ ਨਾ ਕਿ ਟਿਪਸ ਦੇਣੇ ਚਾਹੀਦੇ ਆ ਤੁਸੀਂ ਆਪਣੀ ਜਿਹੜੀ ਵਾਈਫਸ ਨੇ ਮਦਰਸ ਨੇ ਸਿਸਟਰਸ ਨੇ ਹੈ ਨਾ ਜੋ ਵੀ ਨੇ ਆਈ ਥਿੰਕ ਪਹਿਲਾਂ ਤਾਂ ਹਾਊਸ ਵਾਈਫਸ ਹੀ ਰਹੀਆਂ ਨੇ ਸਾਰੀਆਂ ਹੈ ਨਾ ਪਰ ਕਿਸੇ ਨੇ ਉਹਨੂੰ ਇੰਨਾ ਕਿਸੇ ਨੇ ਕਦੇ ਘਰ ਆ ਕੇ ਕਿਹਾ ਨਹੀਂ ਕਿ ਤੁਸੀਂ ਸਾਡੇ ਲਈ ਬਹੁਤ ਕੁਛ ਕੀਤਾ ਹੈ ਜਾਂ ਤੁਸੀਂ ਪੂਰਾ ਘਰ ਸਾਂਭ ਲੈਂਦੇ ਹੋ ਜਾਂ ਤੁਸੀਂ ਆਹ ਵੀ ਕਰ ਲੈਂਦੇ ਹੋ ਅਸੀਂ ਨਹੀਂ ਕਰ ਸਕਦੇ ਬਹੁਤੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਕਰਦੀ ਹਾਂ ਪਰ ਰਵੀ ਨਹੀਂ ਕਰਦਾ ਪਰ ਉਹ ਉਨ ਚੀਜ਼ਾਂ ਨੂੰ ਅਪਰੀਸ਼ੀਏਟ ਕਰਦਾ ਉਹ ਮੇਰੇ ਲਈ ਬਹੁਤ ਮਾਇਨੇ ਰੱਖਦੀਆਂ ਅਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਅਤੇ ਦੂਜੀ ਗੱਲ ਉਹਨੂੰ ਮੈਂ ਬਹੁਤ ਸੋਹਣੀ ਲੱਗਦੀ ਹਾਂ ਹੀ ਲਵਸ ਮੀ ਆ ਉਹਦੀ ਦੂਜੀ ਬਹੁਤ ਚੰਗੀ ਗੱਲ ਹੈ ਪੰਜਾਬ ਨੂੰ ਪੁੱਛ ਕੇ ਵੇਖ ਉਹਦੇ ਨਾਲ ਵੀ ਸੋਹਣੀ ਲੱਗਦੀ ਹੈ ਸਾਰੇ ਹੁਣ ਤੁਸੀਂ ਪਿਟਾਰਾ ਵਾਲੀ ਗੇਮ ਤਾਂ ਵਧੀਆ ਖੇਡ ਲਈ ਹੈ ਨਾ ਅੰਮੀ ਜੀ ਹੈ ਨਾ ਜੀ ਚਲੋ ਹੁਣ ਗਿਫਟ ਇੱਕ ਹੋਰ ਬਣਦਾ ਹੈ ਯੇ ਲੈ ਫੜ ਮੇਰੇ ਲਈ ਵੀ ਹੈ ਹਾਂ ਸ਼ੁਕਰੀਆ ਹੁਣ ਤੁਸੀਂ ਤਾਂ ਲੱਗੇ ਕੀੜਾ ਲੈਣੀ ਆ ਹੈਸ਼ਟੈਗ ਬ੍ਰੇਕ ਓਕੇ ਆਓ ਬਈ ਹੈਸ਼ਟੈਗ ਬਣਾ ਲੈ ਯਾਰ ਉਹ ਗੱਲ ਹੈਸ਼ਟੈਗ ਬ੍ਰੇਕ ਅਦਾ ਹੈਸ਼ਟੈਗ ਸ਼ੌਂਕਨ ਦਾ ਹੈਸ਼ਟੈਗ ਹੈ ਮੇਰੇ ਕਿਚੀ ਦਾ ਹੈਸ਼ਟੈਗ ਸਰ ਮੈਂ ਤਾਂ ਪੂਰਾ ਪੂਰਾ ਆਪੇ ਜੋੜ ਲਿਓ ਜੋੜ ਲੈਣਾ ਉਹਨਾਂ ਨੇ ਆ ਦੇਖ ਲਓ ਜੋੜ ਲੈ ਲਵ ਯੂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਥੈਂਕ ਯੂ ਗਾਇਸ ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਥੈਂਕ ਯੂ ਮਿਹਰਬਾਨੀ ਅੱਛਾ ਹੁਣ ਨਾ ਪਹਾਵਾ ਕਰਨੀ ਆ ਉਹ ਵਾਲੀ ਹਵਾ ਨਹੀਂ ਕਰਨੀ ਉਹ ਵਾਲੀ ਹਵਾ ਨਹੀਂ ਕਰਨੀ ਇਹ ਵਾਲੀ ਹਵਾ ਕਰਨੀ ਆ ਆਪਾਂ ਆਪਣੀ ਗੇਮ ਖੇਡਾਂਗੇ ਹਵਾ ਕਰੋ ਠੀਕ ਹੈ ਤੁਸੀਂ ਦੋਨੋਂ ਖੇਡੋਗੇ ਠੀਕ ਹੈ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਕਿੱਦਾਂ ਕਰਨਾ ਇੱਦਾਂ ਗੁਬਾਰਾ ਫਲਾ ਕੇ ਇੱਦਾਂ ਹੀ ਫਲਾਉਣਾ ਆ ਜਦੋਂ ਇੱਦਾਂ ਹੀ ਇਹਦੇ 'ਚ ਗ੍ਰਿਪ ਬਣ ਗਈ ਦੂਸਰੇ 'ਚ ਤੀਸਰੇ 'ਚ ਤੂੰ ਜਿੱਤ ਗਿਆ ਦੋ ਚਾਰ ਪੌਂਡ ਹਵਾ ਤੂੰ ਸਾਰੀ ਉਹ ਮੁਕਾ ਦੇਣੀ ਬਸ ਆ ਭਰਾ ਕੇ ਲੈਂਦੇ ਅਸੀਂ ਕੀ ਪਤਾ ਜਿੱਤ ਜਾਣਾ ਹੋ ਹੀ ਨਹੀਂ ਸਕਦਾ ਮੈਂ ਅੱਜ ਤੱਕ ਲਾਈਫ 'ਚ ਕਦੇ ਗੁਬਾਰਾ ਨਹੀਂ ਫਲਾਇਆ ਮੈਨੂੰ ਬਿਲਕੁਲ ਚੰਗੇ ਨਹੀਂ ਲੱਗਦੇ ਇਹ ਅੱਜ ਫਲਾਉਂਦੇ ਹੁੰਦੀ ਮੈਨੂੰ ਪਤਾ ਕਪੜਾ ਹੋ ਰਿਹਾ ਚਲੋ ਰੁਕ ਜਾ ਮੈਨੂੰ ਸਟਾਰਟ ਕਹਿਣਾ ਮੈਂ ਕਦ ਲਈ ਪੰਜਾਬ ਪੜੇ ਹੁੰਦੇ ਰਹੇ ਬੋਲੀ ਚੱਲ ਤਾਂ ਬਤਾ ਕੈ ਸਟਾਰਟ ਯਾਰ ਤੁਸੀਂ ਉੱਡਾ ਦੇ ਬੰਦਾ ਦੇਖੋ ਮੈਂ ਦੇਖ ਰਿਹਾ ਨਾ ਕਿ ਕਿੱਦਾਂ ਕਰ ਰਹੇ ਅੱਛਾ ਮੈਂ ਕਦੇ ਫਲਾਇਆ ਨਹੀਂ ਮੈਂ ਬਹੁਤ ਬਾਗਮਾਲ ਹੋ ਨਹੀਂ ਹੈਗਾ ਆਪਦੇ ਹਿਸਾਬ ਨਾਲ ਚੱਲੀ ਕੁਝ ਵੀ ਹੋ ਸਕਦਾ ਅੱਛਾ ਤੂੰ ਕਰ 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 ਚਲੋ ਸਟਾਰਟ ਹਾਂਜੀ ਮੈਂ ਕਾਪੀ ਕਰ ਰਹੀ 1 2 3 ਯਾਰ ਇਹਨੇ ਤਾਂ ਕਰ ਵੀ ਲਿਆ ਫਲਾਓ ਤਾਂ ਸਹੀ ਨਾ ਤੁਸੀਂ ਯਾਰ ਚੱਕ ਤੇ ਮੈਂ ਸਾਰੇ ਮਰਨੇ ਰਹਿਣ ਦੇ ਯਾਰ ਕਿੱਦਾਂ ਫਲਾਏ ਉਹ ਤਾਂ ਨਿਕਲ ਗਈ ਜਿੰਨੀ ਵਾਰੀ ਮੈਂ ਹਵਾ ਭਰੀ ਵੀ ਨਿਕਲ ਗਈ ਲੀਕ ਤਾਂ ਨਹੀਂ ਮੈਨੂੰ ਲੱਗਦਾ ਇਹਦੇ 'ਚ ਕੋਈ ਹੋਲ ਆ ਨਹੀਂ ਆ ਹੈ ਹੋਲ ਕਿਹੜਾ ਉਹ ਨਹੀਂ ਗਾ ਐਵੇਂ ਝੂਟ ਨਾ ਮਾਰ ਆ ਲੱਲਾ ਕੀ ਆ ਫਿਰ
ਹੋਲ ਥੋੜੀ ਆ ਐਵੇਂ ਦਾਗ ਜਿਹਾ ਲੱਗਿਆ ਨਹੀਂ ਹੋਲ ਆ ਨਹੀਂ ਹੁਣ ਤੁਸੀਂ ਇਦਾਂ ਕਰ ਕਰਕੇ ਇਹਨੂੰ ਫਾੜ ਦੇਣਾ ਆ ਨਾ ਮਾਰ ਮਾਰ ਕੇ ਫਾੜ ਦੇਣਾ ਉਹ ਤੇਰੇ ਨਾਲ ਅਸਲ ਮੂੰਹ ਚ ਲੀਕੇਜ ਆ ਉਹ ਤੋਂ ਮੇਰੇ ਪਾਸੇ ਕੁਝ ਨਿਕਲ ਗਿਆ ਚਲੋ ਨਾ ਆਪਣੀ ਇੱਕ ਗੇਮ ਰਹਿ ਗਈ ਖੇਡੀਏ ਇੱਕ ਹੋਰ ਗੇਮ ਹਾਂ ਓਕੇ ਉਹ ਹੈਗੀ ਹੈ ਕੁਸਰ ਮੁਸਰ ਪਹਿਲਾਂ ਤੁਸੀਂ ਖੇਡ ਲਓ ਮੈਂ ਚੱਲ ਮੈਂ ਖੇਡਦਾ ਕੋਈ ਤੁਸੀਂ ਖੇਡ ਲਓ ਤੂੰ ਸਿੱਖ ਲੇਂਗੇ ਨਾ ਮੈਂ ਤਾਂ ਤੁਹਾਨੂੰ ਪਤਾ ਹੋਣਾ ਨਾ ਕੁਸਰ ਮੁਸਰ ਹਾਂ ਮੈਨੂੰ ਪਤਾ ਚਲੋ ਕੌਣ ਹੋਏਗਾ ਤੁਸੀਂ ਵੀ ਚਾਲੀ ਇਸ਼ਾਰਾ ਕਰਕੇ ਦੱਸ ਦਿਓ ਕੌਣ ਹੋਏਗਾ ਜੋ ਕਾਵਾਂ ਵਾਲੀ ਪੰਚਾਇਤ ਚ ਜਾਏਗਾ ਕੌਣ ਹੋਏਗਾ ਜੋ ਜੋ ਕੌਣ ਹੋਏਗਾ ਜੋ ਕਾਂ ਪੰਚਾਇਤ ਜਾਏਗਾ ਮੇਰੀਆਂ ਨੇ ਹੱਦ ਹੋ ਗਈ ਹੋਰ ਵੀ ਧੰਨ ਕੌਰ ਜੀ ਦੁਬਾਰਾ ਦੇਖਿਆ ਛੇ ਜਨਾਨੀਆਂ ਜਿੰਨਾ ਤੰਗ ਕਰਦਾ ਨੀ ਲੱਭਦਾ ਇੱਕ ਬੱਚਾ ਛੇ ਜਨਾਨੀਆਂ ਜਿੰਨਾ ਤੰਗ ਕਰਦਾ ਹੈ ਚਾਰ ਸ਼ੇਰ ਛੇ ਜਨਾਨੀਆਂ ਮੇਰਾ ਡਾਇਲੋਗ ਦਾ ਇੱਕ ਸਮਥਿੰਗ ਛੇ ਨਿਆਣਿਆਂ ਤਾਂ ਖੁਸ਼ ਹੁੰਦਾ ਹੈ ਯਾਦ ਕਰੋ ਇੱਕ ਬੱਚਾ ਛੇ ਤੁਸੀਂ ਬੋਲੋ ਜਨਾਨੀਆਂ ਜਿੰਨਾ ਤੰਗ ਕਰਦਾ ਹੈ ਆਹੀ ਡਾਇਲੋਗ ਸੀ ਕਦੇ ਵੀ ਨੀ ਗੈਸ ਕਰ ਸਕਦੀ ਸੀ ਮੈਂ 2 ਸਾਲ ਲਗਾ ਲੈਂਦੇ ਮੇਰੇ ਨਾਲ ਚਲੋ ਜੀ ਬਹੁਤ ਅੱਛਾ ਖੇਡੀ ਸਰਗੁਣ ਸਰਗੁਣ ਜੀ ਤੇ ਅੰਮੀ ਜੀ ਤੁਹਾਡੀ ਨਾ ਇੱਕ ਚੀਜ਼ ਵੈਸੇ ਇਹਨਾਂ ਦੀ ਖਾਸ ਕਰਕੇ ਅਧੂਰੀ ਰਹਿ ਗਈ ਸੀਗੀ ਤੇ ਉਹ ਜੂਠੀ ਵੀ ਬਿਲਕੁਲ ਨਹੀਂ ਹੈਗੀ ਤੇ ਮੈਂ ਸੋਚਿਆ ਸੀ ਕਿ ਜਦੋਂ ਸਰਗੁਣ ਮੇਰੇ ਸੁਪਨੇ 'ਚ ਆਏਗੀ ਉਹ ਮੈਂ ਉਹਨਾਂ ਨੂੰ ਜ਼ਰੂਰ ਦਊਂਗੀ ਤੁਸੀਂ ਬਹੁਤ ਮਾੜਾ ਕੀਤਾ ਸੀ ਇਹਨਾਂ ਦੇ ਨਾਲ ਇੱਕ ਮਿੰਟ ਐਲੋ ਫੜੋ ਜਿਹੜੀ ਤੁਸੀਂ ਖਾਣੀ ਚਾਹੁੰਦੇ ਹੋ ਖਾ ਲਓ ਜੋਕਰ ਭੱਜ ਗਈ ਸੀ ਸਿੱਟ ਕੇ ਭੱਜੀ ਸੀ ਮੈਂ ਤੂੰ ਗਾਣੇ ਤੋਂ ਬਾਅਦ ਸਭ ਤੋਂ ਪਹਿਲਾਂ ਆਈਡੀਆ ਕਿਹਦਾ ਸੀ ਕਿ ਕਿਸਮਤ 'ਤੇ ਫਿਲਮ ਬਣਾਈ ਜਾ ਸਕਦੀ ਹੈ ਸਭ ਤੋਂ ਪਹਿਲਾਂ ਕਿਹਦੇ ਦਿਮਾਗ 'ਚ ਇਹ ਪਹਿਲਾਂ ਆਈਡੀਆ ਲਿਖਿਆ ਸੀ ਨਾ ਇਹ ਕਾਫੀ ਟਾਈਮ ਪਹਿਲਾਂ ਦਾ ਲਿਖਿਆ ਹੋਇਆ ਅੱਛਾ ਜਗਦੀਪ ਨੇ ਅੱਛਾ ਜੀ ਸਾਡੇ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਉਹਨਾਂ ਨੇ ਵਾਹਵਾ ਚਿਰ ਦਾ ਲਿਖਿਆ ਸੀ ਆਈਡੀਆ ਤੇ ਫਿਰ ਉਸ ਤੋਂ ਬਾਅਦ 'ਚ ਗਾਣਾ ਹਿੱਟ ਹੋ ਗਿਆ ਅੱਛਾ ਅਤੇ ਮਤਲਬ ਗਾਣਾ ਲੋਕਾਂ ਨੂੰ ਇੰਨਾ ਪਸੰਦ ਆਇਆ ਵੀ ਉਹ ਫਿਲਮ ਥੋੜ੍ਹੀ ਬਹੁਤ ਰਿਲੇਟ ਕਰਦੀ ਸੀ ਇਸ ਚੀਜ਼ ਨਾਲ ਇੱਕ ਅਸੀਂ ਦੋਨੇ ਸੀ ਅਤੇ ਫਿਲਮ ਫਿਰ ਮਤਲਬ ਉਹ ਜ਼ਿਆਦਾ ਰਿਲੇਟ ਕਰਨ ਲੱਗ ਗਈ ਵੀ ਇਹ ਜੇ ਦੋਨਾਂ ਨਾਲ ਕਰੀਏ ਤਾਂ ਫਿਲਮ ਗਾਣੇ ਵਾਂਗੂ ਬਣ ਸਕਦੀ ਹੈ ਬਟ ਗਾਣਾ ਕੁਛ ਹੋਰ ਹੈ ਫਿਲਮ ਕੁਛ ਹੋਰ ਹੋਊਗੀ ਬਟ ਨੇੜੇ ਤੇੜੇ ਹੋਊਗੀ ਕਿਆ ਬਾਤ ਹੈ ਗੁੱਡ ਲੱਕ ਆ ਤੁਹਾਨੂੰ ਸ਼ੌਂਕਨ ਵੱਲੋਂ ਅਤੇ ਪੂਰੇ ਪਿਟਾਰਾ ਟੀਵੀ ਵੱਲੋਂ ਤੁਸੀਂ ਆਈਸਕ੍ਰੀਮ ਖਾਓ ਪਿਘਲ ਜਾਣੀ ਆ ਮੇਰੀ ਤਾਂ ਪੁੱਛੀ ਖਾ ਐਡੀ ਸੋਹਣੀ ਤੋਂ ਗੱਲ ਕੀਤੀ
उम्मीद करता जिन्हें मैं फिल्म की हर बार इन्ना ज्यादा प्यार देने बड़े वक्रे तरीके की फ्रैश रोमांटिक कॉमेडी फैमिली रोम कॉम ते तुहानू एडा सोहना म्यूजिक फिल्म दा ते तुहानू सारा कुछ फिल्म दे विच वेखण नूं मिलूगा सुणन नूं मिलूगा थैंक यू सो मच तुसीं दोनों मेरे सुपने दे विच आए ते फिर जेकर तुसीं वी अपने कैन कैन स्लैब्स नूं मिलना चाहुंदे हो फिर तुहानू वी आउणा पैणा शौंकन दे सुपने दे विच प्लीज कवो ना इह तां कवो ना हां मतलब सारे जणे तुसीं शौंकन दे सुपने दे विच आओ ते मुक्कियां मार मट्ठा होए ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਜੀ ਸੋ ਪਟਾਰਾ ਟੀਵੀ ਦਾ ਬਹੁਤ ਬਹੁਤ ਥੈਂਕ ਯੂ ਅਤੇ ਸ਼ੌਂਕਾਂ ਦਾ ਬਹੁਤ ਬਹੁਤ ਥੈਂਕ ਯੂ ਸਾਨੂੰ ਇੱਥੇ ਬੁਲਾਉਣ ਲਈ ਲਵ ਯੂ ਸੋ ਮਚ ਗਾਇਸ ਥੈਂਕ ਯੂ ਅਤੇ ਫਿਰ ਹੈਸ਼ਟੈਗ ਸ਼ੌਂਕਾਂ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ ਬਾਏ